ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੀ ਦਾ ਕਮੈਂਟ ਆਇਆ ਸੀ ਵੀ ਜਦੋਂ ਆਪਾਂ ਸਲਵਾਰ ਜੜਦੇ ਆ ਨਾ ਪੱਟ ਜੜਦੇ ਆ ਮੂਹਰੋ ਕੁੰਦਿਆਂ ਦੇ ਨਾਲ ਤੇ ਉਦੋਂ ਜਾਂ ਤਾਂ ਕੁੰਦਿਆਂ ਦਾ ਕੱਪੜਾ ਘਟ ਜਾਂਦਾ ਜਾਂ ਪੱਟਾਂ ਦਾ ਕੱਪੜਾ ਘਟ ਜਾਂਦਾ ਘਟ ਵੱਧ ਜਾਂਦਾ ਕੱਪੜਾ ਤੇ ਮੈਂ ਤੁਹਾਨੂੰ ਵੀਡੀਓ ਚ ਦੱਸਿਆ ਸੀਗਾ ਕਿ ਪੱਟ ਜਿਆਦਾ ਰੱਖ ਲੈਣੇ ਆ ਪੱਟ ਆਪਾਂ ਨੇ ਜਿਹਦਾ ਆਪਾਂ ਇਕੱਲੇ ਇਕੱਲੇ ਕਟਿੰਗ ਕਰ ਰਹੇ ਆ ਫਿਰ ਤਾਂ 2 2 ਇੰਚ ਆਪਾਂ ਨੇ ਕੁੰਦਿਆਂ ਤੋਂ ਜਦੋਂ ਆਪਾਂ ਇੱਥੋਂ ਤੇ ਲੈ ਕੇ ਕੁੰਦੇ ਤੋਂ ਇਧਰੋਂ ਸਟਾਰਟ ਹੁੰਨੇ ਆ ਤਾਂ ਜੜਦੇ ਆ ਤੇ ਪੱਟ 2 ਇੰਚ ਜ਼ਿਆਦਾ ਰੱਖ ਲੈਣੇ ਆ ਤੇ ਜੇਕਰ ਆਪਾਂ ਦੂਜੇ ਲੋੜ ਕਪੜਾ ਐ ਸਲਵਾਰ ਦੇ ਨਾਲ ਹੀ ਫੋਲਡ ਕਰਕੇ ਕੱਪੜੇ ਚੋਂ ਇਦਾਂ ਫੋਲਡ ਕਰਕੇ ਪੱਟ ਕੱਢੇ ਹੁੰਦੇ ਨੇ ਤੇ ਉਹ ਫਿਰ ਆਪਣੇ ਜੁੜੇ ਹੀ ਹੁੰਦੇ ਨੇ ਤੇ ਉਹ ਫਿਰ ਪਹਿਲਾਂ ਦੇਖੋ ਆਪਾਂ ਨੇ ਆ ਦੇਖੋ ਆਹ ਕੁੰਦੇ ਨੇ ਵਾਲੇ ਤੁਹਾਡੇ ਸਾਈਡਾਂ ਤੇ ਆ ਵਿਚਕਾਰ ਮੈਂ ਲੋਨ ਲਾਈ ਹੋਈ ਆ ਅੰਦਰਲੇ ਪਾਸੇ ਕੱਪੜੇ ਦੇ ਆ ਦੇਖੋ ਇਦਾਂ ਆਹ ਆਹ ਕੁੰਦੇ ਜਿਹੜੇ ਹੋਏ ਨੇ ਤੇ ਆਹ ਵਿਚਕਾਰ ਪੱਟ ਆ ਹੁਣ ਇਹਨਾ ਇਹਦੇ ਅੰਦਰ ਕੱਲੇ ਪੱਟਾਂ ਦੇ ਵਿੱਚ ਕੱਲੇ ਪੱਟਾਂ ਚ ਲੂਨ ਲਾਈ ਹੋਈ ਆ ਤੇ ਇਹ ਹੁਣ ਆਪਾਂ ਨੇ ਆਲੇ ਦੁਆਲੇ ਹੋਣਾ ਦੋਨੇ ਕੁੰਦੇ ਜੜਦੇ ਨੇ ਸਲਵਾਰ ਤੇ ਕੁੰਦੇ ਜੜਨ ਤੋਂ ਬਾਅਦ ਤੇ ਹੁਣ ਉਹ ਆਪਣੇ ਪੱਟ ਇਕੱਠੇ ਹੀ ਰੱਖੇ ਹੋਏ ਨੇ ਦੋਨੇ ਇਕੱਠੇ ਨੇ ਫੋਲਡ ਤਾਂ ਨੀਚੋਂ ਫੋਲਡ ਸੀ ਨਾ ਤਾਂ ਇਸ ਕਰਕੇ ਦੋਨੇ ਇਕੱਠੇ ਨੇ ਪੱਟ ਤੇ ਹੁਣ ਆ ਦੇਖੋ ਇੱਥੇ ਤੱਕ ਆਪਾਂ ਨੇ ਪਹਿਲਾਂ ਇਹ ਹਮੇਸ਼ਾ ਜਦੋਂ ਵੀ ਆਪਾਂ ਸਲਵਾਰ ਜੜ ਜੜਨੀ ਆ ਨਾ ਉਦੋਂ ਉਧਰੋਂ ਨੀਚੋਂ ਸਲਵਾਰ ਦੀ ਮੂਰੀ ਕੰਨੀਓ ਜਿੱਥੇ ਅਪਾਂ ਮੂਰੀ ਰੱਖਦੇ ਹਾਂ ਪੌਂਚਾ ਰੱਖਦੇ ਹਾਂ ਉਧਰੋਂ ਆਪਾਂ ਨੇ ਜੜ ਲਿਆਣਾ ਇਦਾਂ ਪੱਟ ਜੜ ਲੈਂਦਾ ਫਿਰ ਉਹ ਵੀ ਦੂਜਾ ਵੀ ਪਹੁੰਚੇ ਕੰਨੀਓਂ ਜੜ ਲੈਂਦਾ ਜੜ ਕੇ ਲਿਆ ਕੇ ਇੱਥੇ ਤੱਕ ਕਰਕੇ ਹੁਣ ਆਪਾਂ ਇੱਕ ਸੇਹ ਦੇ ਵਿੱਚ ਇਹਦੀ ਪੱਟਾਂ ਦੀ ਕਟਿੰਗ ਕਰ ਦੇਣੀ ਆ ਇਦਾਂ ਕਰਕੇ ਆਪਾਂ ਨੇ ਆ ਦੇਖੋ ਮੇਰੇ ਵੱਧ ਰੱਖੇ ਹੋਏ ਨੇ ਕਾਫੀ ਵੱਧ ਰੱਖਿਆ ਸੀ ਕਪੜਾ ਤੇ ਆਹ ਦਾ ਲੋਨ ਦਾ ਵਾ ਲੋਨ ਮੇਰੀ ਅਲੱਗ-ਅਲੱਗ ਕਰਕੇ ਕਟਿੰਗ ਕਰੀ ਹੋਈ ਆ ਇਹ ਲੋਨ ਦਾ ਤਾਂ ਆਪਾਂ ਨੇ ਇਦਾਂ ਇਹਦੇ ਬਰਾਬਰ ਕਰਕੇ ਨਾ ਫੋਲਡ ਕਰ ਲੈਣਾ ਇਦਾਂ ਇਹ ਅੰਦਰਲੇ ਸਾਈਡ ਇਹ ਹੋ ਜਾਊਗਾ ਤੇ ਪੱਟ ਹੈਗੇ ਨੇ ਮੇਰੇ ਦੋਨੇ نیچےੋਂ ਫੋਲਡ ਸੀਗੇ ਦੋਨੇ ਪੱਟ ਇਕੱਠੇ-ਇਕੱਠੇ ਹੋਏ ਨੇ ਤੇ ਇਹਨੂੰ ਹੁਣ ਆਪਾਂ ਨੇ ਇਦਾਂ ਕਰਕੇ ਨਾ ਇਹਦੇ ਸੇਧ ਦੇ ਵਿੱਚ ਇਦਾਂ ਇੱਥੋਂ ਇਦਾਂ ਕਟਿੰਗ ਕਰਾਂਗੇ ਦੇ ਹੁਣ ਆ ਦੇਖੋ ਇਦਾਂ ਬਰਾਬਰ ਕਰਕੇ ਸੇਧ 'ਚ ਚਾਹੇ ਇਦਾਂ ਕਟਿੰਗ ਕਰ ਲਓ ਤੇ ਨਹੀਂ ਫਿਰ ਇੱਕ ਹੋਰ ਤਰੀਕਾ ਹੈਗਾ ਇਹਨੂੰ ਇਦਾਂ ਹੀ ਰੱਖਣਾ ਆਪਾਂ ਨੇ ਪੱਟ ਨੂੰ ਇਦਾਂ ਆ ਦੇਖੋ ਪੱਟ ਹਮੇਸ਼ਾ ਵਧ ਰੱਖਣੇ ਆ ਤੇ ਫਿਰ ਜਦੋਂ ਆਪਾਂ ਇਹਦੇ ਕਟਿੰਗ ਕਰਨੇ ਨਾ ਉੱਪਰੋਂ ਜੇਕਰ ਕੱਲੇ-ਕੱਲੇ ਵੀ ਕੱਟੇ ਹੋਏ ਨੇ ਤਾਂ ਵੀ ਜੇ 2 ਇੰਚ ਵੀ ਹੋਵੇ ਜੇਕਰ 2 ਇੰਚ ਵੀ ਵੱਧਾ ਫਿਰ ਉਹ ਆਪਾਂ ਕਿਵੇਂ ਕਟਿੰਗ ਕਰ ਸਕਦੇ ਆ ਆ ਦੇਖੋ ਫਿਰ ਇਦਾਂ ਸਿੱਧਾ ਕਰਕੇ ਕਪੜਾ ਜਿਹੜਾ ਹੁਣ ਆਪਣਾ ਆਹ ਕੁੰਦਾ ਇੱਧਰ ਲਾ ਇਹਦੀ ਸੇਧ ਦੇ ਨਾਲ ਨਾ ਇੱਥੋਂ ਇੱਥੋਂ ਆਹ ਸੀਨ ਤੋਂ ਲੈ ਕੇ ਇਦਾਂ ਆਪਾਂ ਇਹਦੇ ਤੇ ਇੱਧਰ ਨੂੰ ਸਿੱਧਾ ਕਰ ਲੈਣਾ ਆ ਦੇਖੋ ਇੱਥੋਂ ਆਹ ਸੀਨ ਹੈ ਜਿਹੜੀ ਪੱਟਦੀ ਆਪਣੀ ਸੀਨ ਲਾਈਆ ਕੁੰਦਾ ਜੋੜਿਆ ਹੈ ਇਹਥੋਂ ਦੇ ਲੈ ਕੇ ਆਪਾਂ ਨੇ ਏਦਾਂ ਰੱਖ ਲਿਆ ਕੁੰਦਾ ਆ ਦੇਖੋ ਇਹਦੀ ਸੇਧ ਦੇ ਨਾਲ ਆ ਦੇਖੋ ਇਹ ਦੇ ਨਾਲ ਏਦਾਂ ਸਿੱਧਾ ਕਰਕੇ ਆਪਾਂ ਨੇ ਏਦਾਂ ਮਿਲਾ ਲਿਆ ਆ ਦੇਖੋ ਇਥੋਂ ਵੀ ਆ ਨੀਚੇ ਵਾਲਾ ਕਪੜਾ ਪਿਆ ਸਿੱਧਾ ਕਟਿੰਗ ਏਦਾਂ ਰੱਖ ਲਿਆ ਹੁਣ ਆਪਾਂ ਨੇ ਇਥੋਂ ਪੱਟ ਦੀ ਕਟਿੰਗ ਕਰ ਦੇਣੀ ਆ ਆ ਦੇਖੋ ਇਥੋਂ ਆਪਾਂ ਏਦਾਂ ਕਟਿੰਗ ਕਰਤੀ ਆ ਆ ਪੱਟ ਆ ਗਿਆ ਨਾਲੇ ਹੁਣ ਜਿਹੜਾ ਆਪਾਂ ਆ ਪੱਟੇ ਦਾ ਸਿੱਧਾ ਸਿੱਧਾ ਕਟਿੰਗ ਹੋਈ ਹੋਊਗੀ ਇਹਨੂੰ ਆਪਾਂ ਮੂਰੀ ਦੇ ਥੱਲੇ ਇਦੋਂ ਮੂਰੀ ਕਿੰਨੀ ਇਦੋਂ ਜੜਾਂਗੇ ਕਿਉਂਕਿ ਬਿਲਕੁਲ ਸਿੱਧਾ-ਸਿੱਧਾ ਕਟਿੰਗ ਹੋ ਗਿਆ ਦੂਜਾ ਪੱਟੇ ਹੁਣ ਜਿਹੜੇ ਦੂਜੇ ਕੁੰਦਿਆਂ ਨਾਲ ਜੜਦੇ ਨਾ ਆਪਾਂ ਨੇ ਇਹਨੂੰ ਤੇ ਹੁਣ ਆਹ ਦੇਖੋ ਇਹ ਫਿਰ ਇਹਨੂੰ ਆਪਾਂ ਨੇ ਇਦਾਂ ਕਰ ਲੈਣਾ ਆਹ ਦੇਖੋ ਸਿੱਧਾ-ਸਿੱਧਾ ਕਟਿੰਗ ਹੋ ਗਿਆ ਠੀਕ ਆ ਇਦਾਂ ਪੱਟ ਜ਼ਿਆਦਾ ਰੱਖ ਕੇ ਫਿਰ ਆਪਾਂ ਨੇ ਉੱਪਰੋਂ ਆਹ ਇਦਾਂ ਕੁੰਦਾ ਉਧਰ ਸੇ ਜਿਹਦੇ ਨਾਲ ਮਿਲਾ ਕੇ ਆਪਾਂ ਸਿੱਧਾ ਕਟਿੰਗ ਕਰ ਦੇਣਾ ਫਿਰ ਕਦੇ ਵੀ ਵੱਧਦਾ ਘਟਦਾ ਨਹੀਂ ਹੈਗਾ ਹੁਣ ਇਦਾਂ ਹੀ ਆਪਣੇ ਜਿਹੜੇ ਹੁਣ ਆਹ ਨਾਲ ਦੇ ਪੱਟ ਨੇ ਇਹ ਦੂਜੇ ਕੁੰਦਿਆਂ ਨਾਲ ਛੱਡ ਦੇਣੇ ਆ ਇਤਾ ਹੀ ਨਾਲੋਂ ਕੱਟੇ ਹੋਏ ਪੱਟ ਨੂੰ ਆਪਾਂ ਇਦਾਂ ਹੀ ਫੇਰ ਕੁੰਡੇ ਧਰ ਲੈਣੇ ਆ ਪਹਿਲਾਂ ਆਹ ਕੁੰਡਾ ਚੜ ਦੇਣਾ ਫੇਰ ਆਪਾਂ ਨੇ ਇੱਧਰ ਲਾ ਇੱਧਰ ਧਰ ਕੇ ਆਹ ਕੁੰਡਾ ਚੜ ਦੇਣਾ ਦੋਨੇ ਕੁੰਡੇ ਝੜਨ ਤੋਂ ਬਾਅਦ ਫੇਰ ਆਪਾਂ ਨੇ ਇਦਾਂ ਹੀ ਜਿਵੇਂ ਆਪਾਂ ਦੂਜੀ ਕਟਿੰਗ ਕਰੀਏ ਪੱਟ ਦੀ ਫੇਰ ਕਟਿੰਗ ਕਰਨੀ ਆ ਇਹਦਾ ਮਤਲਬ ਜੇਕਰ ਆਪਣਾ ਵੱਧ ਦਾ ਘਟਦਾ ਕੱਪੜਾ ਤੇ ਫੇਰ ਇਹ ਆਪਣਾ ਪੱਟ ਨਹੀਂ ਆਪਾਂ ਨੇ ਕਟਿੰਗ ਕਰਨੀ ਇਸ ਲਈ ਆਪਾਂ ਨੇ ਪੱਟ ਵੱਧ ਲੈਣੇ ਆ ਜੇਕਰ ਆਪਾਂ ਇਕੱਲਾ ਇਕੱਲਾ ਪੱਟ ਕਟਿੰਗ ਕਰਦੇ ਆ ਤਾਂ 2 ਇੰਚ ਜ਼ਿਆਦਾ ਰੱਖ ਲਓ ਕੁੰਡਿਆਂ ਤੋਂ ਤੇ ਜੇਕਰ ਆਪਾਂ ਨਾਲੋਂ ਇਦਾਂ ਫੋਲਡ ਕਰਕੇ ਕੱਪੜਾ ਜਦੋਂ ਪੱਟ ਵਿੱਚੋਂ ਫੋਲਡ ਕਰੇ ਹੋਏ ਕੱਪੜੇ ਦੇ ਵਿੱਚੋਂ ਸਲਵਾਰ ਦੇ ਬਰਾਬਰੋਂ ਕੱਢਦੇ ਆਂ ਤੇ ਉਦੋਂ ਫਿਰ ਓਨਾ ਹੀ ਕਿਉਂਕਿ ਸਲਵਾਰ ਦੀ ਕੁੰਦਿਆਂ ਦੀ ਲੰਬਾਈ ਤਾਂ ਘੱਟ ਹੁੰਦੀ ਆ ਤੇ ਜਿਹੜਾ ਆਪਣਾ ਕੱਪੜਾ ਫੋਲਡ ਕਰਿਆ ਹੁੰਦਾ ਉਹਦੇ ਨਾਲ ਆਪਾਂ ਆਸਣ ਦਾ ਵੀ 12 ਇੰਚ ਲਾਇਆ ਹੁੰਦਾ ਉਹ ਇਸ ਲਈ ਜ਼ਿਆਦਾ ਹੁੰਦਾ ਆ ਦੇਖੋ ਉਸ ਹਿਸਾਬ ਨਾਲ ਫੋਲਡ ਕਰਕੇ ਮੇਰੇ ਪੱਟ ਕੱਢੇ ਹੋਏ ਨੇ ਆਦੇ ਕੁੰਦੇ ਜੜਨ ਤੋਂ ਬਾਅਦ ਇੰਨਾ ਕੱਪੜਾ ਫਿਰ ਪੱਟਾਂ ਦਾ ਬਚ ਜਾਂਦਾ ਤੇ ਫਿਰ ਇਹ ਮੂਰੀਆਂ ਦੇ نیچے ਲੱਗ ਜਾਂਦਾ ਆ ਹੁਣ ਦੋਨੇ ਪੱਟਾਂ ਤੇ ਨਾ ਦੋਨੇ ਕੁੰਦਿਆਂ ਦੇ ਨਾਲ ਆਪਣੇ ਦੋਨੇ ਪੱਟ ਜੜਨ ਤੋਂ ਬਾਅਦ ਆ ਇੰਨੇ ਪੱਟ ਬਚ ਗਏ ਨੇ ਇਹ ਮੂਰੀਆਂ ਦੇ નીચે ਲੱਗ ਜਾਊਗਾ ਤੇ ਇਸ ਲਈ ਆਪਾਂ ਨੇ ਜਦੋਂ ਵੀ ਇੱਕ ਸਲਵਾਰ ਦੀ ਕਟਿੰਗ ਕਰਨੀ ਆ ਆਪਾਂ ਨੇ ਪੱਟ ਜ਼ਿਆਦਾ ਰੱਖਣੇ ਤੇ ਕਿਉਂਕਿ ਜਿਹੜਾ ਆਪਣੀ ਮਸ਼ੀਨ ਹੁੰਦੀ ਆ ਉਹਦੇ ਦੰਦੇ ਆ ਦੇਖੋ ਦੰਦੇ نیچے ਵਾਲੇ ਹੁੰਦੇ ਨੇ ਜਿਹੜੇ ਇਹੇ ਕੱਪੜਾ ਜ਼ਿਆਦਾ ਖਿੱਚਦੇ ਨੇ ਜਿਹੜਾ ਉੱਪਰ ਆਪਾਂ ਉੱਪਰ ਰੱਖਦੇ ਆ ਕੱਪੜਾ ਉਹਦੇ 'ਚ ਕੱਪੜਾ ਘਟ ਆਉਂਦਾ نیچے ਇਹਦਾ ਹੁੰਦਾ ਆਪਾਂ نیچے ਰੱਖਿਆ ਹੁੰਦਾ ਇਹਦਾ ਉਹ ਵਾਲਾ ਕੱਪੜਾ ਜਿਆਦਾ ਖਿੱਚਦੀ ਆ ਮਸ਼ੀਨ ਤੇ ਇਸ ਕਰਕੇ ਫਿਰ ਆਪਾਂ ਨੇ ਬਸ ਪੱਟ ਜਿਆਦਾ ਰੱਖਣੇ ਆ ਤੇ ਫਿਰ ਆਪਣੇ ਕਦੇ ਵੀ ਕਪੜਾ ਵੱਧਦਾ ਘਟਦਾ ਨਹੀਂ ਹੈਗਾ ਤੇ ਹਾਂਜੀ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਧੰਨਵਾਦ ਜੀ